ਉਂਝ ਵੈਸੇ ਵੱਖਰੀ ਗੱਲ ਐ ਅਸੀਂ ਕੁੱਲ ਕਰੀ ਨਾ ਆਪਣੇ ਅੱਬੇ ਦਾ ਮਾਂ ਦਾ ਖਤਮ ਦੁਆਈਏ ਆਂਦੇ ਨੇ ਓ ਹੋ 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 ਇਹ ਬਿਦਤ ਹੈ ਇਹ ਸਾਬਿਤ ਨਹੀਂ ਇਹ ਬਾਅਦ ਮੇ ਹੁਆ ਇਹ ਅਬ ਹੁਆ 10 ਸਾਲ ਪਹਿਲੇ ਹੁਆ 20 ਸਾਲ ਪਹਿਲੇ ਹੁਆ ਪੁੱਤਰ ਸਾਹਿਬ ਦੇ ਅੱਲਾ ਹਿਫਾਜ਼ਤ ਕਰੇ ਪੁੱਤਰ ਦੀ ਗੱਲ ਨਹੀਂ ਕਰਨ ਲੱਗਾ ਮੈਂ ਗੱਲ ਇਹ ਕਰਨ ਲੱਗਾ ਅੱਲਾ ਸਾਰਿਆਂ ਦੇ ਪੁੱਤਰਾਂ ਦੀ ਹਿਫਾਜ਼ਤ ਹੋਵੇ ਬੁੱਢੇ ਪਿਓ ਕੋਲੋਂ ਜਨਾਜ਼ਾ ਨਹੀਂ ਜੇ ਚੁੱਕਿਆ ਜਾਂਦਾ ਜਵਾਨ ਪੁੱਤਰ ਦਾ ਉਹ ਬੁੱਢੇ ਪਿਓ ਕੋਲੋਂ ਜਨਾਜ਼ਾ ਨਹੀਂ ਉਠਾਇਆ ਜਾਂਦਾ ਪੁੱਤਰ ਦਾ ਪਰ ਮੈਂ ਸਮਝਾਉਣਾ ਇਹ ਚਾਹਨਾ ਤਾਰਕ ਜਮੀਲ ਸਾਹਿਬ ਤੁਹਾਡਾ ਪੁੱਤਰ ਫੌਤ ਹੋਵੇ ਤੇ ਤੁਸੀਂ ਆਂਦੇ ਜੁਮੇ ਰਾਤ ਨੂੰ ਕੁਰਾਨ ਖਾਨੀ ਹੋਏਗੀ ਜਿਹਨੂੰ ਸਾਡੇ ਇਲਾਕੇ 'ਚ ਉਰਫੇ ਆਮ 'ਚ ਕੁੱਲ ਕਹਿੰਦੇ ਨੇ ਆਖਿਆ ਕਿ ਨਹੀਂ ਆਖਿਆ ਆਖਿਆ ਮੈਂ ਤੇਰਾ ਪੁੱਤਰ ਫੌਤ ਹੋਵੇ ਉਹਦਾ ਤੇ ਹੋਵੇ ਕੁੱਲ ਤੇ ਤੂੰ ਆਖੇ ਸਾਡੇ ਉਰਫੇ ਆਮ ਅੰਦਰ ਕੁੱਲ ਕਿਹਾ ਜਾਂਦਾ ਹੈ ਤੇ ਜਦੋਂ ਅਸੀਂ ਖਤਮੇ ਕੁੱਲ ਬਿਦਾਤੇ ਕੁੱਲ ਬਿਦਾਤਿਨ ਦਲਾਲਾ ਕੁੱਲ ਦਲਾਲਤਿਨ ਫਿਨਾਰ ਮੈਂ ਆਖਿਆ ਹੁਣ ਤੈਨੂੰ ਤਿੰਨ ਯਾਦ ਆ ਗਿਆ ਤੁੰਨ ਤੇ ਹੀ ਰਹੋ ਦੁਆ ਵੀ ਕਰੀ ਅਸੀਂ ਦੁਆ ਕਰੀਏ ਤੇ ਬਿਦਤ ਆਪਣੇ ਤਗਾਫਲ ਪੇ ਕੀਜੀਏ ਨਜ਼ਰ ਹਮ ਕਹੇਂਗੇ ਤੋ ਸ਼ਿਕਾਇਤ ਹੋ ਗਈ ਤੁਸੀਂ ਆਪਣਾ ਬੂਥਾ ਆਪੇ ਹੀ ਵੇਖੋ ਅੱਲਾ ਦੀ ਕਸਮ ਉਠਾ ਕੇ ਨਾ ਪਿੰਡੀ ਆ ਰਿਓ ਹੌਲੀ ਹੌਲੀ ਸਾਰੇ ਹੀ ਇਸੇ ਕੀਤੇ ਤੇ